ਨੀਲਾ ਆਸਮਾਨ, ਚਾਰੇ ਪਾਸੇ ਸਮੁੰਦਰ, ਹਰ ਪਾਸੇ ਹਰਿਆਲੀ, ਸਮੁੰਦਰ ਕੰਢੇ ਤੇ ਓਪੇਰਾ ਹਾਊਸ। ਇਹ ਕੋਈ ਜੰਨਤ ਨਹੀਂ ਬਲਕਿ ਇਹ ਧਰਤੀ ਤੇ ਹੀ ਮੌਜੂਦ ਇੱਕ ਦੇਸ਼ ਹੈ ਜਿਸ ਦਾ ਨਾਮ ਹੈ ਆਸਟ੍ਰੇਲੀਆ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਦੇਰ ਇਜ਼ ਨਥਿੰਗ ਲਾਈਕ ਆਸਟ੍ਰੇਲੀਆ। ਆਸਟ੍ਰੇਲੀਆ ਪੂਰਨ ਰੂਪ ਵਿੱਚ ਇੱਕ ਵਿਕਸਿਤ ਦੇਸ਼ ਹੈ। ਆਸਟ੍ਰੇਲੀਆ ਅੰਗਰੇਜ਼ਾਂ ਦੁਆਰਾ ਵਸਾਇਆ ਗਿਆ ਇੱਕ ਬਹੁਤ ਹੀ ਖੂਬਸੂਰਤ ਦੇਸ਼ ਹੈ। ਬਾਅਦ ਵਿੱਚ ਆਸਟ੍ਰੇਲੀਆ ਅੰਗਰੇਜ਼ੀ ਸ਼ਾਸਨ ਤੋਂ ਅਲੱਗ ਹੋ ਕੇ ਇੱਕ ਪੂਰਨ ਸੁਤੰਤਰ ਦੇਸ਼ ਬਣ ਗਿਆ ਸੀ ਜਿਸ ਦਾ ਆਪਣਾ ਇੱਕ ਸੰਵਿਧਾਨ ਹੈ। ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਹੈ ਜੋ ਕਿ ਬਹੁਤ ਹੀ ਵਧੀਆ ਅਤੇ ਹਰਿਆ ਭਰਿਆ ਇਲਾਕਾ ਹੈ। ਆਸਟ੍ਰੇਲੀਆ ਦਾ ਕੁੱਲ ਏਰੀਆ 792,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਜੋ ਕਿ ਇਸਨੂੰ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਦੇਸ਼ ਬਣਾਉਂਦਾ ਹੈ। ਆਸਟ੍ਰੇਲੀਆ ਦੀ ਕੁੱਲ ਆਬਾਦੀ 2,40,00,000 ਦੇ ਕਰੀਬ ਹੈ। ਇੰਨੀ ਆਬਾਦੀ ਭਾਰਤ ਵਿੱਚ ਹਰ ਸਾਲ ਵੱਧ ਜਾਂਦੀ ਹੈ। ਇਸ ਲਈ ਹੀ ਕਿਹਾ ਜਾਂਦਾ ਹੈ ਕਿ ਭਾਰਤ ਹਰ ਸਾਲ ਇੱਕ ਆਸਟ੍ਰੇਲੀਆ ਪੈਦਾ ਕਰਦਾ ਹੈ। ਆਸਟ੍ਰੇਲੀਆ ਰਹਿਣ ਦੇ ਹਿਸਾਬ ਨਾਲ ਬਹੁਤ ਵਧੀਆ ਦੇਸ਼ ਮੰਨਿਆ ਜਾਂਦਾ ਹੈ। ਆਸਟ੍ਰੇਲੀਆ ਹਿਊਮਨ ਡਿਵੈਲਪਮੈਂਟ ਇੰਡੈਕਸ ਵਿੱਚ ਦੂਜੇ ਸਥਾਨ 'ਤੇ ਆਉਂਦਾ ਹੈ। ਆਸਟ੍ਰੇਲੀਆ ਦੀ ਕਰੰਸੀ ਆਸਟ੍ਰੇਲੀਅਨ ਡਾਲਰ ਹੈ ਜਿਸ ਦੀ ਕੀਮਤ ਭਾਰਤ ਦੇ 50 ਰੁਪਿਆਂ ਦੇ ਬਰਾਬਰ ਹੈ। ਆਸਟ੍ਰੇਲੀਆ ਵਿੱਚ 10,000 ਦੇ ਕਰੀਬ ਸਮੁੰਦਰੀ ਬੀਚ ਹਨ ਜਿੱਥੇ ਕੋਈ ਵੀ ਵਿਅਕਤੀ ਰੋਜ਼ਾਨਾ 27 ਸਾਲਾਂ ਤੱਕ ਇੱਕ ਨਵੇਂ ਬੀਚ 'ਤੇ ਘੁੰਮਣ ਲਈ ਜਾ ਸਕਦਾ ਹੈ। ਔਰਤਾਂ ਨੂੰ ਮਤਦਾਨ ਦਾ ਅਧਿਕਾਰ ਦੇਣ ਵਾਲਾ ਆਸਟ੍ਰੇਲੀਆ ਦੂਜਾ ਦੇਸ਼ ਸੀ ਜਿਸਨੇ 1902 ਵਿੱਚ ਔਰਤਾਂ ਨੂੰ ਇਹ ਅਧਿਕਾਰ ਦਿੱਤਾ ਸੀ। ਆਸਟ੍ਰੇਲੀਆ ਨੂੰ ਖੇਡਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ 70% ਤੋਂ ਜ਼ਿਆਦਾ ਲੋਕ ਹਰ ਹਫ਼ਤੇ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦੇ ਹਨ। ਆਸਟ੍ਰੇਲੀਆ ਦਾ ਹਾਈਵੇ ਨੰਬਰ 1 ਦੁਨੀਆ ਦਾ ਸਭ ਤੋਂ ਵੱਡਾ ਹਾਈਵੇ ਹੈ। ਇਹ 14,500 ਕਿਲੋਮੀਟਰ ਲੰਬਾ ਹੈ ਜੋ ਕਿ ਸਾਰੇ ਆਸਟ੍ਰੇਲੀਆ ਦਾ ਚੱਕਰ ਲਗਾਉਂਦਾ ਹੈ। ਆਸਟ੍ਰੇਲੀਆ ਵਿੱਚ ਇੰਨੇ ਊਂਠ ਹਨ ਕਿ ਸਾਊਦੀ ਅਰਬ ਇੱਥੋਂ ਹੀ ਊਂਠ ਖਰੀਦ ਕੇ ਸਾਊਦੀ ਲੈ ਜਾਂਦੇ ਹਨ। ਆਸਟ੍ਰੇਲੀਆ ਵਿੱਚ ਕੰਗਾਰੂਆਂ ਦੀ ਸੰਖਿਆ ਇਨਸਾਨਾਂ ਨਾਲੋਂ ਜ਼ਿਆਦਾ ਹੈ, ਇਸ ਕਰਕੇ ਇਸ ਨੂੰ ਕੰਗਾਰੂਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਕੰਗਾਰੂ ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਵੀ ਹੈ। 1880 ਦੇ ਦਸ਼ਕ ਵਿੱਚ ਆਸਟ੍ਰੇਲੀਆ ਦਾ ਮੇਲਬੋਰਨ ਸ਼ਹਿਰ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਮੰਨਿਆ ਗਿਆ ਸੀ। ਆਸਟ੍ਰੇਲੀਆ ਵਿੱਚ ਦੁਨੀਆ ਦੇ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪ ਪਾਏ ਜਾਂਦੇ ਹਨ। ਆਸਟ੍ਰੇਲੀਆ ਵਿੱਚ ਬਿਜਲੀ ਬਹੁਤ ਮਹਿੰਗੀ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਵਿੱਚ ਕੇਵਲ ਲਾਇਸੈਂਸ ਪ੍ਰਾਪਤ ਵਿਅਕਤੀ ਹੀ ਬੱਲਬ ਬਦਲਣ ਦਾ ਕੰਮ ਕਰ ਸਕਦਾ ਹੈ। ਇਹ ਸਨ ਆਸਟ੍ਰੇਲੀਆ ਦੇ ਕੁਝ ਅਮੇਜ਼ਿੰਗ ਫੈਕਟਸ। ਸਾਡੀ ਵੀਡੀਓ ਵਧੀਆ ਲੱਗੀ, ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਵੀ ਦਬਾ ਦਿਓ।